SGPC ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਦੇ ਰਾਜਨੀਤੀ ਵਿੱਚ ਆਉਣ ਦੇ ਸੁਨੀਲ ਜਾਖੜ ਦੇ ਬਿਆਨ ਦਾ ਬੰਡੂਗਰ ਨੇ ਸਿੱਧਾ ਜਵਾਬ ਨਹੀਂ ਦਿੱਤਾ, ਪਰ ਉਹਨਾਂ ਸਾਫ਼ ਕਿਹਾ ਕਿ SGPC ਰਾਸੀ ਅਤੇ ਧਾਰਮਿਕ ਦੋਨਾਂ ਮਾਮਲੇ ਦੇਖਦੀ ਹੈ। KPS ਗਿੱਲ ਦੇ ਮੁੱਦੇ ਤੇ ਅਕਾਲੀ ਦਲ ਦਾ ਸਮਰਥਨ ਕਰਦਿਆਂ ਬੰਡੂਗਰ ਨੇ KPS ਗਿੱਲ ਨੂੰ ਸ਼ਰਧਾਂਜਲੀ ਦੇਣਾ ਗਲਤ ਦੱਸਿਆ। KPS ਗਿੱਲ ਦਾ ਜੋ ਕੱਲ੍ਹ ਪੰਜਾਬ ਅਸੈਂਬਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵਾਕਆਊਟ ਕੀਤਾ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਸ਼ਟੀ ਕੀਤੀ ਹੈ, ਪ੍ਰੋੜਤਾ ਕੀਤੀ ਹੈ ਅਕਾਲੀ ਦਲ ਦੇ ਫੈਸਲੇ ਦੀ, ਕਿਉਂਕਿ KPS ਗਿੱਲ ਨੇ ਲੰਮਾ ਸਮਾਂ ਪੰਜਾਬ ਦੇ ਵਿੱਚ ਬਹੁਤ ਬੇਕਸੂਰ ਬੱਚਿਆਂ ਦੇ, ਭਾਵੇਂ ਉਹ ਹਿੰਦੂਆਂ ਦੇ ਬੱਚੇ ਸੀ ਭਾਵੇਂ ਸਿੱਖਾਂ ਦੇ ਬੱਚੇ, ਜਿਨ੍ਹਾਂ ਦੇ ਬਾਰੇ ਇਹ ਹੋ ਗਿਆ ਕਿ ਇਹਦਾ ਟੈਰਰਿਸਟ ਸਰਕਾਰ ਨੇ ਕ੍ਰੀਏਟ ਕੀਤੇ ਸੀ, ਉਹਨਾਂ ਨੂੰ ਐਲੀਮੀਨੇਟ ਕਰਨ ਵਾਸਤੇ ਭਾਰੀ ਤਸੀਹੇ ਦੇ ਕੇ ਉਹਨਾਂ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਗਿਆ। ਉਹ ਸਿੱਖਾਂ ਦੇ ਬੱਚਿਆਂ ਦਾ ਕਾਤਲ ਹੈ, ਸਿੱਖਾਂ ਦਾ ਕਾਤਲ ਹੈ, ਇਸ ਕਰਕੇ ਜੋ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਲਿਆ ਉਹਨੂੰ ਸ਼ਰਧਾਂਜਲੀ ਨਾ ਦੇਣ ਦਾ, ਅਸੀਂ ਸ਼੍ਰੋਮਣੀ ਕਮੇਟੀ ਉਹਦੀ ਬਿਲਕੁਲ ਪ੍ਰੋੜਤਾ ਕਰਦੀ ਹੈ, ਔਰ ਉਹ ਸ਼੍ਰੋਮਣੀ ਕਮੇਟੀ ਉਹ ਅਕਾਲੀ ਦਲ ਦੇ ਨਾਲ ਇਸ ਫੈਸਲੇ ਨਾਲ ਬਿਲਕੁਲ ਨਾਲ ਖੜੀ।